ਕਦੀ ਕਲੋਜ਼ ਕਰਨਾ ਛੱਡ ਜਾਂਦਾ, ਗਰਮੀ 'ਚ ਕਲੋਜ਼ ਹੀ ਨਹੀਂ ਕਰਦਾ। ਲਓ ਜੀ ਆ ਰਾਣਾ ਮੁੰਨਾ ਸਾਹਿਬ ਦਾ 7ਵਾਂ ਕਬੂਤਰ, ਮਾਸ਼ਾਅੱਲਾ ਬਹੁਤ ਹੀ ਫਿੱਟ ਫਿਰ ਰਿਹਾ ਔਰ ਬੈਠਣ ਦੇ ਮਰਹਲ ਦੇ ਵਿੱਚ, ਔਰ ਬਹੁਤ ਹੀ ਜ਼ਬਰਦਸਤ ਕਿਸਮ ਦਾ ਜ਼ਾਲਮ ਕਿਸਮ ਦਾ ਤੂਫਾਨ ਜਿਹੜਾ ਉਹ ਇਸ ਸਾਈਡ ਤੋਂ ਚਨਿਓਟ ਦੀ ਸਾਈਡ ਤੋਂ ਉਹ ਉੱਠਿਆ। ਰਿਪੋਰਟ ਆਈ ਹੈ ਕਿ ਚਨਿਓਟ ਜ਼ਬਰਦਸਤ ਜਿਹੜਾ ਨਾ ਉਹ ਤੂਫਾਨ ਚੱਲ ਰਿਹਾ। ਓ ਛੱਤ 'ਤੇ ਟੁੰਨਾ ਆਓ ਆਓ ਕਹਿ ਰਿਹਾ ਕਬੂਤਰੀ ਨੂੰ। ਟੁੰਨੇ ਦੀ ਆਵਾਜ਼ ਕਿੰਨੀ, ਮੁਹਾਵਤ ਹੈ। ਇਹ ਰਹੋ ਬਰਾਦਰਾਂ ਦੀ ਛੱਤ ਹੈ। ਔਰ ਇਹ 2017 ਦੇ ਵਿੱਚ ਵੀ ਮਤਲਬ ਬਹੁਤ ਅੱਛੀ ਕਬੂਤਰੀ ਉੜੀ ਹੈ, 18 ਦੇ ਵਿੱਚ ਵੀ ਉੜੀ ਆ, ਪੰਜਾਬ ਦੇ ਵਿੱਚ ਵੀ ਇਹਦੇ ਬੜੀ ਪਰਫੋਰਮੈਂਸ ਆ, ਬੜੇ ਨਾਮਵਰ ਉਸਤਾਦਾਂ ਦੇ ਨਾਲ ਮੁਕਾਬਲੇ ਨੂੰ ਵਿਨ ਕਰਦੀ ਰਹੀ ਹੈ। ਔਰ ਹੁਣ ਇਹ ਜਿਹੜਾ ਨਾ ਆਪਣੀ ਰੂਟੀਨ 'ਤੇ ਆ ਗਈ ਹੈ, ਬਹੁਤ ਅੱਛੀ ਪਰਵਾਹ ਦੇ ਰਹੀ ਹੈ, ਬਿਲਕੁਲ ਫਰੈਸ਼ ਆ, ਉਹਨੂੰ ਕੋਈ ਪਰਵਾਹ ਨਹੀਂ ਹੈ, ਨਾ ਹੀ ਥੱਕ ਨਜ਼ਰ ਆ ਰਹੀ ਹੈ ਉਹਦੇ ਜਿਸਮ ਦੇ ਵਿੱਚ। ਪਰ ਰੋਕ ਰਹੀ ਹੈ, ਰੋਕ ਰਹੀ ਪਰ। ਤਕਰੀਬਨ 2 ਟਾਵਰ ਹੋਏਗੀ। ਇੱਕ 168 ਬੰਦੇ ਸਾਡੇ ਨਾਲ ਲਾਈਵ ਨੇ। ਇਹ ਸਾਰੇ ਦੋਸਤ ਪਿੱਛੇ ਬੈਠੇ ਆ, ਬਹੁਤ ਅੱਛੀ ਫਿੱਟ ਕਬੂਤਰੀ ਮੈਂ। ਮਾਸ਼ਾਅੱਲਾ ਜੀ ਬਹੁਤ ਹੀ ਅੱਛੀ ਪਰਫਾਰਮੈਂਸ ਦੇ ਰਹੀ ਹੈ ਔਰ ਕਮਾਲ ਦੇ ਕੁੰਦੇ ਨੂੰ ਚਲਾ ਰਹੀ ਆ। ਦੋ ਸੌ 6 ਬੰਦੇ ਮਾਸ਼ਾਅੱਲਾ ਲਾਈਵ ਨੇ ਸਾਡੇ ਨਾਲ, ਬਹੁਤ ਹੀ ਸ਼ਾਨਦਾਰ ਕੁੰਦਾ ਚਲਾ ਰਹੀ ਕਬੂਤਰੀ। ਬਹੁਤ ਸ਼ਾਨਦਾਰ ਕਬੂਤਰੀ ਕੁੰਦਾ ਮਾਰ ਰਹੀ ਮਾਸ਼ਾਅੱਲਾ।
ਟੋਨੇ ਦੀ ਆਓ ਆਓ ਮੁੱਕ ਗਈ ਹੈ ਜਾਂ ਸਾਹ ਚੜ ਗਿਆ ਟੋਨੇ ਨੂੰ ਲੱਗਦਾ। ਨਹੀਂ ਹਲਕੀ ਹਲਕੀ ਕਰ ਰਿਹਾ ਵਾ। ਕਾਫੀ ਘੁੰਮੀ ਆ, ਚੰਗਾ ਇਹਨੇ ਨਾ ਕੁੰਦਾ ਰੋਕ ਕੇ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਅੱਛੀ ਕਬੂਤਰੀ। ਰੋਕ ਰਹੀ ਬਾਹਰ, ਦੋ ਸੌ ਬੱਤੀਸ ਵਾਚਿੰਗ ਵਿਊ, 229। ਇੱਥੇ ਆ ਕੇ ਨੀਵੀਂ ਹੋਈ ਹੋ ਰਿਹਾ, ਪਰ ਰੋਕਿਆ ਹੁਣ ਨੀਵੀਂ ਹੋ ਰਹੀ ਆ, ਰੋਕ ਲਿਆ ਪਰ। ਇੱਧਰ ਜਾ ਕੇ ਨਾ ਨੀਵੀਂ ਹੋ ਜਾਂਦੀ, ਇੱਧਰੋਂ ਨੀਵੀਂ ਹੁੰਦੀ ਪਰ ਰੋਕ ਕੇ ਨਾ ਬੀਟ ਮਾਰ ਰਹੀ, ਜਿਸ ਤਰ੍ਹਾਂ ਕੁੰਦਾ ਰੋਕਦੀ ਨਾ ਨੀਵੀਂ ਹੋ ਕੇ। ਕਾਫੀ ਨੀਵੀਂ ਹੋ ਗਈ ਹੁਣ, ਸਮਝ ਲਓ ਕਿ ਜਾਲ ਤੋਂ ਸਿਰਫ ਔਰ ਸਿਰਫ 20 ਫੁੱਟ ਦੀ ਹਾਈਟ 'ਤੇ ਹੈ। ਸੌ ਅਠਵੰਜਾ ਵਾਚਿੰਗ ਵਿਊ, ਇਹ ਛੱਤ ਦੇ ਦੇਖ ਲਓ ਕਿੱਥੇ ਫਿਰ ਰਹੀ। ਖੜੀ ਹੋ ਗਈ ਆਪਣੀ ਜਗ੍ਹਾ ਤੇ ਬਾਸ ਦੀ ਤਰ੍ਹਾਂ। ਠਾਪੇ ਮਾਰ ਰਹੀ ਜੀ, ਮਾਸ਼ਾਅੱਲਾ। ਵਾਹ ਜੀ ਵਾਹ, ਕਿਆ ਬਾਤ, ਬਹੁਤ ਖੂਬ। ਐਕਸੀਲੈਂਟ ਜੀ, ਮਾਸ਼ਾਅੱਲਾ। ਛੇ ਅਠਾਰਾਂ ਰਾਣਾ ਸਾਹਿਬ, ਮੁਬਾਰਕ ਹੋਵੇ ਤੁਹਾਨੂੰ, ਜ਼ਿੰਦਾਬਾਦ ਜੀ। ਮਾਸ਼ਾਅੱਲਾ, ਬਹੁਤ ਅੱਛੇ ਕਬੂਤਰ ਉੜੇ ਜੀ, ਕਮਾਲ ਦੀ ਬਾਜ਼ੀ ਔਰ ਕਮਾਲ ਦੇ ਕਬੂਤਰ ਉੜੇ, ਮਾਸ਼ਾਅੱਲਾ। ਲਓ ਜੀ ਦੋਸਤੋ, ਉਮੀਦ ਹੈ ਸਾਰੇ ਦੋਸਤਾਂ ਨੂੰ ਮਜ਼ਾ ਆਇਆ ਹੋਏਗਾ। 297 ਬਹੁਤ ਸ਼ੁਕਰੀਆ ਦੋਸਤਾਂ, ਦੁਆ ਕਰਨਾ। ਅੱਜ ਪਹਿਲਾ ਦਿਨ ਸੀ, ਬਾਊਂਸ ਬੈਕ ਕੀਤਾ ਇਨਸ਼ਾਅੱਲਾ ਤਾਲਾ, ਤੇ ਇਸ ਤਰ੍ਹਾਂ ਹੀ ਰਹੇਗਾ ਹਰ ਬਾਜ਼ੀ ਇਨਸ਼ਾਅੱਲਾ। ਜ਼ਿੰਦਾਬਾਦ, ਠੀਕ ਰਹਿਣ, ਅੱਲਾਹ ਪਾਕ ਫਤਿਹ ਦੇਗਾ ਤੁਹਾਡੀਆਂ ਦੁਆਵਾਂ ਨਾਲ ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਲਓ ਜੀ, ਬਹੁਤ ਮਜ਼ਾ ਆਇਆ ਹੋਏਗਾ ਤੁਹਾਨੂੰ ਅੱਜ ਦਾ ਇਹ ਸੈਗਮੈਂਟ ਦੇਖ ਕੇ। ਕਬੂਤਰ ਵੀ ਬੜੇ ਸ਼ਾਨਦਾਰ, ਪਰਫਾਰਮੈਂਸ ਵੀ ਬੜੀ ਸ਼ਾਨਦਾਰ, ਔਰ ਤੂਫਾਨ ਵੀ ਹੈ ਜ਼ਿਆਦਾ ਤੋਂ ਜ਼ਿਆਦਾ 5 ਤੋਂ 7 ਮਿੰਟ ਦੇ ਵਿੱਚ ਵਿੱਚ ਤੂਫਾਨ ਵੀ ਜਿਹੜਾ ਨਾ ਉਹ ਵੀ ਸਿਰ 'ਤੇ ਸਮਝ ਲਓ ਕਿ ਲੱਗਿਆ। ਲਓ ਨੇੜੇ ਇੱਕ ਤੂਫਾਨ ਸਾਡੇ ਪਿੱਛੇ ਖਲੋਤੇ ਆ, ਦੇਖੋ ਇਹ ਘਰ ਆ। ਠੀਕ ਹੈ ਜੀ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਆਹ ਭਾਈ ਜੇਦੀ ਜਾ ਰਹੇ ਸਾਡੇ, ਜੇਦੀ ਭਾਈ ਕੀ ਹਾਲ ਨੇ? ਸ਼ੁਕਰ ਅੱਲਾ ਭਾਈ, ਠੀਕ ਹੈ ਨਾ? ਮਾਸ਼ਾਅੱਲਾ, ਸਾਰਾ ਮਜ਼ਾ ਆ ਗਿਆ, ਮਜ਼ਾ ਆ ਗਿਆ, ਮਿਹਰਬਾਨੀ। ਲਓ ਜੀ, ਰਾਣਾ ਮੁੰਨਾ ਸਾਹਿਬ ਦਾ ਸਾਰੇ ਖਿਆਲ ਵੀ ਤੁਹਾਨੂੰ ਕਰਾਉਂਦੇ ਹਾਂ, ਪੁੱਛਦੇ ਹਾਂ ਮੁਸਤਕਬਿਲ ਦੇ ਵਿੱਚ ਕੀ ਕਰਨ ਦਾ ਇਰਾਦਾ ਉਹਨਾਂ ਦਾ। ਸਈਦ ਅਫਜ਼ਲ ਗਿਲਾਨੀ ਸਾਹਿਬ ਕਮੈਂਟਰੀ ਕਰ ਰਹੇ, ਦੱਸ ਰਹੇ ਕਿ ਕੀ ਕਰ ਰਹੀ ਸੀ, ਪੁੱਛਦੇ ਹਾਂ ਉਹਨਾਂ ਤੋਂ। ਸਲਾਮੁਅਲੈਕਮ ਸ਼ਾਹ ਜੀ, ਸ਼ਾਹ ਜੀ ਜ਼ਰਾ ਦੱਸੋ ਅੱਜ ਕਬੂਤਰੀ ਕਿਸ ਤਰ੍ਹਾਂ ਬੈਠੀ? ਮੈਂ ਉਧਰੋਂ ਕਮੈਂਟਰੀ ਸੁਣ ਕੇ ਆਇਆ ਤੁਹਾਡੀ।
ਜਿੱਤਵਾਰ ਬੈਠਣੇ ਵਾਲਾ ਕਬੂਤਰ ਅਗਰ ਜਿੱਤਵਾਰ ਬੈਠੇ ਫੇਰ ਹੀ ਠੀਕ ਹੁੰਦਾ, ਫੇਰ ਹੀ ਠੀਕ ਹੁੰਦਾ। ਮਤਲਬ ਹਾਰ ਕੇ ਨੀ ਬਹਿਣਾ, ਉਹਨਾਂ ਦੇ ਤਿੰਨ ਉੱਪਰ ਸੀ ਤੇ ਸਾਡੀ ਇਹ ਸਾਹਮਣੇ ਫਿਰ ਰਹੀ ਸੀ ਤੇ ਬੱਦਲ ਵੀ ਆਇਆ ਦੋ ਦਫਾ, ਅੱਲਾਹ ਤਾਲਾ ਵੱਲੋਂ ਬੱਦਲ ਪਰੇ ਹੋ ਗਿਆ, ਉਹ ਤਿੰਨ ਬੈਠ ਗਏ। ਜਿੱਤਵਾਰ ਕਬੂਤਰੀ ਹੈ ਸਾਡੀ ਮਾਸ਼ਾਅੱਲਾ ਪੁਰਾਣੀ, ਉਹ ਨਾ ਬੈਠ ਗਏ ਜ਼ਬਰਦਸਤ। ਸ਼ਾਹ ਜੀ ਬਾਜੀ ਕੋਈ ਸ਼ਾਹ ਪਰਵਾਜ ਵੀ ਹੈ? ਪਤਾ ਨੀ ਮੁੰਨੇ ਨੂੰ ਪਤਾ ਹੈਗਾ, ਉਸਤਾਦ ਮੁੰਨੇ ਨੂੰ ਪਤਾ ਹੋਏਗਾ ਜੀ। ਅੱਛਾ ਜੀ, ਐ ਬੈਠੇ ਜੀ ਝੱਲਾ ਕਬੂਤਰ, ਸਿੱਧਾ ਹੀ ਸ਼ਾਹ ਪਰਵਾਜ ਆ। 451 ਵਾਲੀ ਜਿਹੜੀ ਖੜਬੜੀ ਹੈ ਦੂਸਰੀ ਕਬੂਤਰੀ, ਉਹ ਵੀ ਸਿੱਧੀ ਸ਼ਾਹ ਪਰਵਾਜ ਆ। ਅੱਛਾ ਜੀ, ਤੇ ਤਕਰੀਬਨ ਮੇਰਾ ਖਿਆਲ ਜਿੰਨੇ ਕਬੂਤਰ ਆ ਨਾ ਮੇਰੇ, ਹਾਂਜੀ, ਇਹਨਾਂ ਸਾਰਿਆਂ 'ਚ ਮੇਲ ਉਹ ਹੈ, ਸਾਰਿਆਂ 'ਚ ਮੇਲ ਹੈ। ਰਾਣਾ ਸਾਹਿਬ ਮਾਸ਼ਾਅੱਲਾ ਪਿਛਲੇ ਦੋ ਤਿੰਨ ਬਾਜ਼ੀਆਂ 'ਤੇ ਕਬੂਤਰ ਕੁਝ ਮੌਸਮ ਦੀ ਜ਼ਦ 'ਚ ਅਤੇ ਜਾਂ ਕੁਛ ਤੁਸੀਂ ਕੋਈ ਦੱਸ ਰਹੇ ਹੋ ਕੋਈ ਮਿਸਟੇਕ ਜਾਂ ਕੀ, ਲੇਕਿਨ ਇਹ ਕਿ ਅੱਜ ਕਬੂਤਰਾਂ ਨੇ ਇੰਨੀ ਤੇਜ਼ ਹਵਾ ਦੇ ਵਿੱਚ ਉੜ ਕੇ ਦਿਖਾਇਆ, ਇਹਦਾ ਮਤਲਬ ਕਿ ਅਗਰ ਅੱਜ ਮੌਸਮ ਖੜਾ ਵੀ ਰਹਿੰਦਾ ਤਾਂ ਕੰਪੀਟੀਸ਼ਨ ਕਰਨ ਵਾਲੇ ਬੰਦਿਆਂ ਨੇ ਗਰਮੀ ਦੀ ਵਜ੍ਹਾ ਤੋਂ ਕਬੂਤਰ ਬਹਿ ਜਾਣੇ ਸੀ ਔਰ ਇਹਨਾਂ ਕਬੂਤਰਾਂ ਨੇ ਉੜ ਕੇ ਹੀ ਬਹਿਣਾ ਸੀ। ਇਹ ਮੇਰੀ ਰਾਏ ਹੈ, ਤੁਹਾਡਾ ਕੀ ਖਿਆਲ ਹੈ ਇਸ ਬਾਰੇ ਕਿ ਜਿਨ੍ਹਾਂ ਨੂੰ ਹਵਾ ਨੂੰ ਵੀ ਨਹੀਂ ਮੰਨਿਆ? ਸਰ ਗੱਲ ਪਤਾ ਕੀ ਆ, ਹਰ ਚੀਜ਼ ਮੈਂ ਗੱਲ ਕਰਦਾ ਹੋਣਾ ਮਨਜਾਣਾ ਬੱਲਾ ਹੁੰਦੀ, ਮੈਂ ਬਸ ਕੋਈ ਗਲਤੀ ਇੱਕ ਕਰ ਬੈਠਾ ਸੀ ਕਬੂਤਰਾਂ ਨਾਲ। ਅੱਛਾ ਜੀ, ਪਹਿਲੇ ਦਿਨ। ਅੱਛਾ, ਬਸ ਉਹ ਆਪਣੀ ਮਿਸਟੇਕ ਨੂੰ ਕਵਰ ਕਰਦੇ ਕਰਦੇ ਮੈਨੂੰ ਕੋਈ ਦੋ ਚਾਰ ਦਿਨ ਤਾਂ ਲੱਗਣਾ ਹੀ ਸੀਗਾ ਜੀ। ਅੱਲਾ ਕੀਤਾ ਖੈਰ, ਅੱਜ ਮੇਰੇ ਕਬੂਤਰ ਪੰਜ ਕਬੂਤਰ ਬੜੇ ਅੱਛੇ ਬੈਠੇ ਆ ਜੀ, ਜਿਹੜੇ ਆਪਣੇ ਟਾਈਮ 'ਤੇ ਚਲੇ ਗਏ। ਬਿਲਕੁਲ, ਔਰ ਮਜ਼ੀਦ ਇਨਸ਼ਾਅੱਲਾ ਇਹ ਘੰਟਾ ਡੇਢ ਵਧਣਗੇ ਹੀ ਜਿਤਨਾ ਮਰਜ਼ੀ ਟੈਂਪਰੇਚਰ ਹੋਵੇ। ਠੀਕ ਹੈ, ਅਤੇ ਕੰਪੀਟੀਸ਼ਨ ਹੁਣ ਹੋਏਗਾ, ਠੀਕ ਹੈ, ਬਹੁਤ ਤਗੜਾ ਹੋਏਗਾ, ਜ਼ਿੰਦਾਬਾਦ ਇਨਸ਼ਾਅੱਲਾ ਤਾਲਾ, ਜ਼ੋਰ ਬਹੁਤ ਲੱਗੇਗਾ ਸਾਨੂੰ ਜਿੱਤਣ ਲਈ ਜੀ। ਮਤਲਬ ਸ਼ਾਮਾਂ ਹੀ ਆ। ਕੰਪੀਟੀਸ਼ਨ ਕਿਹਨਾਂ ਕਿਹਨਾਂ ਬੰਦਿਆਂ ਨਾਲ ਤੁਸੀਂ ਸਮਝਦੇ ਹੋ ਆਪਣਾ? ਸਰ ਕੰਪੀਟੀਸ਼ਨ ਮੈਂ ਤਾਂ ਵਾਕਈ ਕਿਸੇ ਨਾਲ ਨਹੀਂ ਸਮਝਦਾ ਸੀ ਆਪਣਾ, ਇਹੀ ਗੱਲ ਪਤਾ ਨਹੀਂ ਅੱਲਾ ਮੀਆਂ ਨੇ ਮੇਰੇ ਅੱਗੇ ਲੈਣ ਦੀ। ਅੱਛਾ ਜੀ, ਹਾਂਜੀ ਹਾਂਜੀ, ਜੈਨੂਇਨ ਗੱਲ ਕਰਨੀ ਚਾਹੀਦੀ। ਮੈਂ ਇਹ ਸੀਜ਼ਨ ਆਪਣਾ ਕੰਪੀਟੀਸ਼ਨ ਕਿਸੇ ਨਾਲ ਵੀ ਨਹੀਂ ਸੀ ਸਮਝਦਾ। ਜ਼ਿੰਦਾਬਾਦ। ਅੱਛਾ, ਅੱਲਾ ਜਾਣਦਾ ਕਿ ਮੇਰੇ ਕਬੂਤਰ ਲਾਸਟ ਫੜਕ ਵੀ 18ਵੀਂ ਫੜਕ ਸੀ, ਡੱਕ ਡੱਕ ਦੀ ਰਹਿਣ, ਅਤੇ 3:02 ਪਹਿਲਾਂ ਬੈਠਾ ਸੀ, 49 degrees ਸੀ, 5:17 ਦੇ ਲਾਸਟ ਬੈਠਾ ਸੀ, 16 ਕਬੂਤਰ ਸੀ ਮੈਂ ਛੱਡੇ ਉਸ ਦਿਨ। ਓਹੋ, ਉਹਨਾਂ 'ਚੋਂ ਮੈਂ 11 ਕਬੂਤਰ ਪਾਏ, ਮੈਂ ਬੜਾ ਪਿੱਟਿਆ ਯੂਨੀਅਨ ਕੋਲ। ਫਸਟ ਡੇ ਮੌਸਮ ਅੱਛਾ ਨਹੀਂ ਹੈ, ਹਾਂਜੀ, ਕਬੂਤਰਬਾਜ਼ੀ ਲਈ ਬਹੁਤ ਗੰਦਾ ਮੌਸਮ ਹੈ, ਬਿਲਕੁਲ, ਜਾਂ ਇਹਨੂੰ ਇੱਕਦਮ ਅੱਗੇ ਕਰ ਦਿਓ ਜਾਂ ਪਿੱਛੇ ਕਰ ਦਿਓ, ਸਹੀ, ਲੇਕਿਨ ਉਹ ਰੂਲ ਇਜ਼ ਰੂਲ, ਉਹ ਕਹਿੰਦੇ ਕਿ ਜਿਹੜੀ ਡਿਸਾਈਡ ਹੋ ਚੁੱਕੀ ਹੈ ਜੀ ਜੀ ਡੇਟ, ਉਹਦੇ ਤੋਂ ਅਸੀਂ ਪਰੇ ਨਹੀਂ ਕਰਨਾ। ਹੁਣ ਇਤਨੇ ਅੱਛੇ ਉੜੇ ਹੋਏ ਕਬੂਤਰ ਸੀ, ਅਤੇ ਫਿਰ ਹੁਣ ਮੈਂ ਉਹਨਾਂ ਨੂੰ ਗਰਮ ਕਰਦਾ, ਫਿਰ ਵੀ ਫਸਦਾ ਸੀ। ਮਤਲਬ 2 ਕਬੂਤਰ ਉਸ ਦਿਨ ਮੇਰੇ ਉੱਠਦੇ ਹੀ ਡੁੱਬ ਗਏ, ਮੇਨ ਕਬੂਤਰ ਮੇਰੇ। ਅੱਛਾ ਜੀ, ਮਤਲਬ ਪੂਰੇ ਸ਼ਹਿਰ ਦੇ ਜਿਤਨੇ ਕਬੂਤਰ ਡੁੱਬੇ ਉਹ ਨਹੀਂ ਆਏ, ਜਿਹੜੇ ਨੀਚੇ ਫਿਰ ਕੇ ਉੱਤੇ ਥੱਲੇ ਹੁੰਦੇ ਰਹੇ ਉਹ ਕਬੂਤਰ ਉੜ ਕੇ ਬੈਠੇ ਆ। ਬਿਲਕੁਲ ਸਹੀ। ਬਾਕੀ ਆ 34 ਕਬੂਤਰੀ ਆ ਮੇਰੀ, ਇਹਨੂੰ ਰੰਗਾਂ ਵਾਲੀ ਕਹੀਦਾ। ਅੱਛਾ ਜੀ, ਇਹ ਤਕਰੀਬਨ 3 ਵਿਨਰ ਰਹੀ ਆ। ਅੱਛਾ ਜੀ, ਇਹ ਮੇਰੇ ਘਰ ਦੀ ਆ, ਇਹ ਆਸ਼ਿਕ ਹੁਸੈਨ ਉਸਤਾਦ ਅਮੀਰ ਮੁਖਤਾਰ ਉਹਨਾਂ ਨਾਲ ਵੀ ਉੜੀ, ਸਭ ਨੂੰ ਜਿੱਤੀ, ਕੋਰ ਕਮਾਂਡਰ ਨੂੰ ਵੀ ਜਿੱਤੀ ਹੀ ਆਏ। ਅੱਛਾ ਜੀ, ਹਾਂਜੀ, ਠੀਕ ਹੋ ਗਿਆ। ਗੱਲ ਇਹ ਹੈ ਕਿ ਉਹ ਗੱਲ ਸ਼ਾਹ ਸਾਹਿਬ ਕਰ ਰਹੇ ਸੀ ਕਿ ਜਿੱਤਵਾਰ ਕਬੂਤਰੀ ਅਗਰ ਹਰ ਕੇ ਬਹਿ ਗਈ, ਫਿਰ ਹਾਲ ਕੋਈ ਨਹੀਂ, ਫਿਰ ਨਸੀਬ ਹਰ ਗਏ। ਫਿਰ ਨਸੀਬ ਹੀ ਹਰ ਗਿਆ, ਮੇਰੇ ਨਸੀਬ ਨਾ ਹਰਜਣ, ਮੈਂ ਬਾਜ਼ੀ ਨਹੀਂ ਹਰਨੀ ਕਿਸੇ ਕੋਈ, ਇਨਸ਼ਾਅੱਲਾ ਮੁਖਤਸਰ ਇਹ ਨਸੀਬ ਨਾ ਹਰਜਣ, ਮੈਂ ਬਾਜ਼ੀ ਨਹੀਂ ਹਰਨੀ ਕਿਸੇ ਕੋਲ। ਓਕੇ ਹੋ ਗਿਆ, ਇਨਸ਼ਾਅੱਲਾ ਤਾਲਾ ਕਬੂਤਰ ਸਾਰੇ ਅੱਛੇ ਉੜਨਗੇ। ਸਿਰਫ ਇੱਕ ਹੈ ਜਿਹੜਾ ਕਾਨੂੰਨ ਸਾਡਾ ਆ ਨਾ ਇਹਦੇ ਉੱਤੇ ਬੜਾ ਵਰਕ ਕਰਨ ਵਾਲਾ, ਕਿ ਫਿਕਸ ਬਾਜ਼ੀ, ਹਾਂਜੀ, 11 ਕਬੂਤਰ, ਇਹ ਸਾਡੇ ਫੈਸਲਾਬਾਦ 'ਚ ਬੜੇ 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 ਜੌਹਰ ਆ, ਹਾਂਜੀ, ਬੜੇ ਬੜੇ ਉਸਤਾਦ ਆ, ਹਾਂਜੀ, ਅਤੇ ਅਸੀਂ ਪੰਜਾਬ ਤੋਂ ਅੱਛੀਆਂ ਫੜਕਾਂ ਇਸ ਤੋਂ ਨਹੀਂ ਦੇ ਸਕਦੇ ਕਿ ਇੱਕ ਅਸਿਆ ਕਾਨੂੰਨ ਸਾਡੇ ਸਿਰ 'ਤੇ ਲਾਗੂ ਕੀਤਾ ਗਿਆ ਵਾ ਕਿ 11 ਕਬੂਤਰ ਫਿਕਸ। ਹਾਂਜੀ, ਅੱਛਾ, ਹਾੜ ਦੇ ਵਿੱਚ ਬਾਜ਼ੀ ਮੀਂਹ ਬੱਦਲ ਹਨੇਰੀ, ਹਾਂਜੀ, ਇਹਦੇ ਵਿੱਚ ਪੈਣੀ ਪੈਣੀ, ਇਹ ਦੇਖੋ ਇੱਧਰ ਮਾਰੋ ਜ਼ਰਾ, ਇੱਧਰ ਮਾਰਨਾ, ਆਹ ਦੇਖੋ ਮੌਸਮ, ਇਹ ਤੁਸੀਂ ਦੇਖੋ ਕਿ ਅੱਲਾ ਵੱਲੋਂ ਟਲਿਆ, 4 ਦਾ ਖੜਾ। ਅਗਰ ਇਹ ਤੂਫਾਨ ਵੱਜ ਜਾਏ, ਕਿਸੇ ਨੂੰ ਕੀ ਪਤਾ ਰਾਣੇ ਮੁੰਨੇ ਦੇ ਨਿਕਲੇ ਸੀ ਕਿੱਥੇ ਗਏ, ਇਸ ਤਰ੍ਹਾਂ ਹੀ। ਚਲੋ ਕੋਈ ਘਟਿਆ ਪਾਣ ਹੋਵੇ ਤਾਂ ਚਲੋ ਸਾਨੂੰ ਆਸਰਾ ਹੁੰਦਾ ਯਾਰ, ਪਿੱਛੇ ਕਬੂਤਰ ਹੁੰਦੇ, ਇੱਕ ਦੋ ਅੱਛੇ ਕਬੂਤਰ ਵਿੱਚ ਆ ਜਾਣ, ਬੰਦੇ ਦੀ ਬਾਜ਼ੀ ਉੱਡ ਜਾਂਦੀ, ਕਲੀਅਰ ਹੋ ਜਾਂਦੀ। ਬਸ ਇਹ ਇਸ ਵਾਰੀ ਮਹਿਰ ਸਾਹਿਬ ਨਾਲ ਅਸੀਂ, ਮੈਂ ਤਾਰਕ ਸਾਹਿਬ ਨਾਲ, ਐਸਨ ਪੂਰੀ ਨਾਲ, ਬਹੂ ਜਾ ਚੌਰੀ ਜ਼ਮਾਨ ਸਾਹਿਬ, ਇਹਨਾਂ ਲੋਕਾਂ ਨਾਲ ਡਿਸਕਸ ਕਰਾਂਗੇ ਕਿ ਮਿਹਰਬਾਨੀ ਸਾਡੇ 'ਤੇ ਕਰੋ, ਕੋਈ ਸ਼ਫਕਤ ਕਰੋ ਅਤੇ ਇਸ ਕਾਨੂੰਨ ਨੂੰ ਤਾਂ ਚੇਂਜ ਕਰੋ ਨਾ। ਬਿਲਕੁਲ ਸਹੀ। ਮਤਲਬ ਇਹ ਗੱਲ ਇਹ ਹੈ ਕਿ ਇਹ ਸਾਰਿਆਂ ਲਈ ਹੈ ਨਾ, ਸਭ ਲਈ ਹੈ। ਮਤਲਬ ਜਿਹੜਾ ਬੰਦਾ ਕਹਿੰਦਾ ਜੀ ਫਲਾਣਾ ਮਾੜਾ, ਅਤੇ ਮਾੜੇ ਬੰਦੇ ਦਾ ਬੂਟਰਬਾਜ਼ੀ ਭਾਈ ਕੰਮ ਨਹੀਂ ਹੈਗਾ, ਜੈਨੂਇਨ ਗੱਲ ਆ, ਆਪਣੇ ਬੱਚੇ ਬੁੱਚੇ ਪਾਲੋ, ਤਗੜਿਆਂ ਨੂੰ ਕਰਨ ਦਿਓ, ਠੀਕ ਹੋ ਗਿਆ ਜੀ। ਬਿਲਕੁਲ ਸਹੀ ਹੈ, ਮਾੜਾ ਬੰਦਾ ਜਦੋਂ
ਸਰ ਵਸਾਇਲ ਹੋਣ ਤੇ ਕਬੂਤਰਬਾਜ਼ੀ ਹੁੰਦੀ ਜੈਨ ਮਨ ਤੁਹਾਨੂੰ ਦੱਸੀਏ ਅੱਜ ਸਾਡੇ ਵਸਾਇਲ ਆ ਕੱਲ ਨਹੀਂ ਹੋਣਗੇ ਅਸੀਂ ਨਹੀਂ ਕਰਾਂਗੇ ਨਹੀਂ ਕਰਾਂਗੇ ਗੱਲ ਇਹ ਹੈ ਨਾ ਤੁਹਾਡੇ ਕਬੂਤਰਬਾਜ਼ੀ ਵਸਾਇਲ ਨਾਲ ਗੱਲ ਇਹ ਆ ਕਿ ਅੱਜ ਜੈਨ ਸਾਹਿਬ ਕਬੂਤਰ ਮਾਸ਼ਾਅੱਲਾ ਅੱਛੇ ਪਰਫਾਰਮ ਕਰਕੇ ਬੈਠੇ ਤਿੰਨ ਚਾਰ ਗੱਲ ਇਹ ਆ ਕਿ ਸਾਰਿਆਂ ਦੇ ਬਹੁਤ ਅੱਛੇ ਉੱਡਦੇ ਕਬੂਤਰ ਇਸ ਤਰ੍ਹਾਂ ਹੀ ਮਾਦੀ ਬੈਠ ਗਈ ਸ਼ਹੀਦ ਹੋ ਗਿਆ ਫਿਰ ਫਰਕਾਨ ਹੋ ਗਿਆ ਅਠਾਰਾਂ ਹੋ ਗਿਆ ਸ਼ਹਿਜ਼ਾਦਾ ਝੰਗਰੋੜ ਮਤਲਬ ਬਹੁ ਜਾਦ ਆਮ ਬੰਦੇ ਨਹੀਂ ਹੈ ਬੜੇ ਬੜੇ ਤਗੜੇ ਕਬੂਤਰਬਾਜ਼ ਆ ਸ਼ਹਿਰ ਦੇ ਵਿੱਚ ਜੀ ਜੀ ਹਾਜੀ ਜ਼ਮਾਨ ਸਾਹਿਬ ਉਹ ਹੈ ਦੇ ਪਿੱਛੇ ਲੇਕਿਨ ਉਹਨਾਂ ਦੇ ਸ਼ਗਿਰਦ ਉੱਡਦੇ ਵਿੱਚ ਉੱਡ ਰਹੇ ਉਹਨਾਂ ਦੇ ਵੀ ਅੱਛੇ ਕਬੂਤਰ ਉੱਡ ਰਹੇ ਉਹ ਜਾ ਕੇ ਉਡਾ ਰਹੇ ਨੇ ਹਾਂ ਤੇ ਗੱਲ ਇਹ ਹੈ ਕਿ ਸਾਰੇ ਬੰਦੇ ਜਿਤਨੇ ਉਸਤਾਦ ਨੇ ਆਪਣੇ ਜੌਹਰ ਦਿਖਾ ਰਹੇ ਨੇ ਗੱਲ ਇਹ ਹੈ ਕਿ ਕਿਸਮਤ ਨਾ ਹਰ ਜਾਏ ਬਾਕੀ ਅੱਲਾ ਬਾਗ ਮਿਹਰਬਾਨੀ ਕਰੇ ਕੰਪੀਟੀਸ਼ਨ ਹੋਣਗੇ ਜਿਹੜੀ ਕਮੀ ਤੋੜੋ ਤੋੜ ਤੇ ਕਬੂਤਰਬਾਜ਼ੀ ਹਾਰ ਜਿੱਤ ਮਤਲਬ ਉੜ ਕੇ ਹੀ ਹੋਏਗੀ ਉੜ ਕੇ ਹੀ ਹੋਏਗੀ ਅੱਜ ਅੱਲਾ ਕੀਤਾ ਕਬੂਤਰਾਂ ਨੇ ਕਹਿਣਾ ਮੇਰਾ ਮੰਨਿਆ ਮਤਲਬ ਘੋੜੇ ਨੂੰ ਅੱਡੀ ਮਾਰੋ ਤੇ ਭਾਈ ਦਾ ਹਲਕੀ ਮਾਡੀ ਲਾਈ ਸੀ ਕਬੂਤਰ ਥੋੜੇ ਗਰਮ ਕੀਤੇ ਮੈਂ ਠੰਡੇ ਕਰਕੇ ਫਸ ਗਿਆ ਸੀ ਜੈਨ ਮਨ ਦੱਸਾਂ ਕਬੂਤਰ ਡੁੱਬਣਾ ਹੀ ਛੱਡ ਗਏ ਸੀ ਚਮਕ ਚ ਖੜੇ ਰਹਿੰਦੇ ਸੀ ਉੱਥੋਂ ਬਹਿ ਜਾਂਦੇ ਉੱਥੋਂ ਬਹਿ ਜਾਂਦੇ ਸੀ ਉੱਤੋਂ ਦੋ ਤਿੰਨ ਮੈਂ ਕਬੂਤਰ ਗਵਾ ਲਏ ਮੈਨੂੰ ਥੋੜਾ ਜਿਹਾ ਉਹਦਾ ਵੀ ਸਦਮਾ ਸੀ ਕੱਲ ਵੀ ਮੇਰੀ ਬੜੀ ਪਿਛਲੀ ਵਾਰੀ ਕਬੂਤਰੀ ਬੜੀ ਪਿਆਰ ਵਾਲੀ ਗਈ ਤੇ ਮੈਂ ਲੇਕਿਨ ਅੱਜ ਮੈਂ ਦਲੇਰੀ ਕਰਕੇ ਕਬੂਤਰ ਛੱਡੇ ਸੀ ਅੱਲਾ ਪਾਕ ਨੇ ਮੇਰੇ ਤੇ ਮਿਹਰਬਾਨੀ ਕਰਤੀ ਸ਼ੁਕਰ ਅਲਹਮਦੁਲਿਲਾ ਯਾਰ ਬੁਲਾਲਮੀਨ ਬੇਸ਼ੱਕ ਇੰਜੀ ਸਾਡੇ ਤੇ ਆਪਣਾ ਕਰਮ ਕਰੀ ਤੇ ਬਾਕੀ ਹੈ ਕਿ ਕੰਪੀਟੀਸ਼ਨ ਇਨਸ਼ਾਅੱਲਾ ਹੋਏਗਾ ਅੱਛਾ ਜੀ ਰਾਣਾ ਸਾਹਿਬ 300 ਦੇ ਕਰੀਬ ਬੰਦੇ ਨੇ ਸਾਡੇ ਨਾਲ ਇਸ ਟਾਈਮ ਲਾਈਵ ਤੇ ਮੇਰਾ ਖਿਆਲ ਆ ਕੋਈ ਮੈਂ ਜਿਹੜਾ ਨਾ 400 ਬੰਦੇ ਦੇ ਵਿੱਚ ਆ ਜਿਹੜਾ ਨਾ ਕਮੈਂਟਸ ਦੇ ਰਹੇ ਸਾਰੇ ਕਹਿ ਰਹੇ ਰਾਣਾ ਮੁੰਨਾ ਨੂੰ ਸਲਾਮ ਕਹਿ ਦਿਓ ਸਾਰਿਆਂ ਦਾ ਵਾਲੇਕਮ ਸਲਾਮ ਸਭ ਦੋਸਤਾਂ ਦਾ ਬਹੁਤ ਸ਼ੁਕਰੀਆ ਬਸ ਮੇਰੇ ਲਈ ਦੁਆ ਕਰਨਾ ਮੈਨੂੰ ਦੁਆ ਦੀ ਜ਼ਰੂਰਤ ਆ ਜ਼ਿੰਦਾਬਾਦ ਅੱਲਾ ਪਾਕ ਮੇਰੇ ਕਬੂਤਰਾਂ ਦੇ ਮੈਨੂੰ ਨਜ਼ਰੇ ਬਾਦ ਤੋਂ ਬਚਾਏ ਮੈਂ ਜਿੱਤ ਲਾਂਗਾ ਇਨਸ਼ਾਅੱਲਾ ਇਨਸ਼ਾਅੱਲਾ ਤੇ ਇਹ ਸਾਰੇ ਦੋਸਤ ਕੋ ਤੁਹਾਡੇ ਨਾਲ ਫੋਨ ਕਰਦੇ ਕਹਿੰਦੇ ਤੁਸੀਂ ਫੋਨ ਨਹੀਂ ਚੁੱਕਦੇ ਯਾਰ ਮੈਂ ਕਾਰੋਬਾਰ ਵੀ ਕਰਦਾ ਹਾਂ ਦੋਸਤੋ ਮੈਂ ਇਹ ਮਾਜ਼ਰਤ ਚਾਹੁੰਦਾ ਤੁਹਾਡੇ ਕੋਲੋਂ ਇਹ ਮੇਰੀ ਛੱਤ ਆ ਉਹ ਮੇਰਾ ਘਰ ਆ ਕੋਈ ਬੰਦਾ ਮੇਰੇ ਘਰ ਆਈਏ ਮੇਰੇ ਮੁਖਾਲਫ ਵੀ ਮੈਨੂੰ ਬੜਾ ਅੱਛਾ ਮਹਿਮਾਨ ਨਵਾਜ਼ ਕਹਿੰਦੇ ਆ ਤੁਸੀਂ ਆਓਗੇ ਇਨਸ਼ਾਅੱਲਾ ਤੁਹਾਨੂੰ ਮੈਂ ਕੱਢਦਾ ਨਹੀਂ ਰੋਟੀ ਪਾਣੀ ਵੀ ਮਿਲੇਗਾ ਤੁਹਾਨੂੰ ਭਾਵਾਂਗੇ ਠੰਡੀ ਜਗ੍ਹਾ 'ਤੇ ਇਨਸ਼ਾਅੱਲਾ ਅਤੇ ਕੋਈ ਗੱਲ ਨਹੀਂ ਮੈਨੂੰ ਮਿਲਣਾ ਹੋਵੇ ਜੈਨ ਨਾਲ ਰਾਬਤਾ ਕਰੋ ਆਇਓ ਮੇਰਾ ਘਰ ਖੁੱਲ੍ਹਾ ਹੁਣ ਮੈਂ ਅਨਨੋਨ ਚੁੱਕ ਹੀ ਨਹੀਂ ਸਕਦਾ ਮੇਰੀ ਕੋਈ ਮਜਬੂਰੀ ਹੈ ਬਿਲਕੁਲ ਇਸ ਤਰ੍ਹਾਂ ਹੀ ਤੁਸੀਂ ਜਦੋਂ ਮੈਨੂੰ ਮਿਲੋਗੇ ਮੈਂ ਤੁਹਾਨੂੰ ਦੱਸ ਦਿਆਂਗਾ ਬਿਲਕੁਲ ਚਲੋ ਮੈਂ ਇਨਸ਼ਾਅੱਲਾ ਮੇਰੇ ਨਾਲ ਸਾਰੇ ਕੋਈ ਮੇਰਾ ਤਕੱਬਰ ਨਹੀਂ ਹੈ ਕਿ ਮੈਂ ਕਿਸੇ ਦਾ ਫੋਨ ਹੀ ਨਹੀਂ ਸੁਣਦਾ ਜੀ ਜੀ ਅੱਜ ਜਿਹਾ ਮੈਂ ਬੰਦਾ ਵਾਂ ਤੁਸੀਂ ਮੇਰੇ ਸਾਰੇ ਭਾਈ ਹੋ ਮੈਂ ਮਾਜ਼ਰ ਚਾਹੁੰਦਾ ਮੈਂ ਫੋਨ ਨਹੀਂ ਸੁਣ ਸਕਦਾ ਕਿਸੇ ਦਾ ਬਿਲਕੁਲ ਸਹੀ ਇਹ ਸਾਰੇ ਦੋਸਤ ਮੈਨੂੰ ਪੁੱਛਦੇ ਨੇ ਰਾਣਾ ਸਾਹਿਬ ਨਾਲ ਟਾਈਮ ਲੈ ਕੇ ਦਿਓ ਇਹਨਾਂ ਨੂੰ ਦੱਸੋ ਕਿ ਜ਼ੈਨ ਨਾਲ ਟਾਈਮ ਤੁਸੀਂ ਬਣਾ ਲਓ ਸਰ ਜਦੋਂ ਮਰਜ਼ੀ ਆਇਓ ਜ਼ੈਨ ਨਾਲ ਇੱਧਰ ਕਰੋ ਆ ਮਰਦਾਨ ਤੋਂ ਆਏ ਨੇ ਮਰਦਾਨ ਤੋਂ ਆਏ ਨੇ ਮਾਸ਼ਾਅੱਲਾ ਐ ਮੈਨੂੰ ਮਿਲਣਾ ਸੀ ਇਹਨਾਂ ਨੇ ਤੇ ਮੈਂ ਕਿੱਥੇ ਮਿਲਿਆ ਤੁਹਾਨੂੰ ਆਸ਼ਿਕ ਜ਼ਾਦਾ ਬਾਈ ਕਿੱਥੇ ਮਿਲੇ ਹੋ ਆਸ਼ਿਕ ਬਾਈ ਜੀ ਛੱਤ ਤੇ ਮਿਲੇ ਆ ਨਾ ਛੱਤ ਤੇ ਆਏ ਆਪ ਨੇ ਮੈਨੂੰ ਬਤਾਇਆ ਤਾਂ ਨਹੀਂ ਆਪ ਜ਼ੈਨ ਕੇ ਸਾਥ ਆਏ ਆਪ ਕੋ ਮਿਲਾਉਂ ਬਿਲਕੁਲ ਤੋ ਜਿਸ ਤਰ੍ਹਾਂ ਮਰਜ਼ੀ ਆਇਓ ਯਾਰ ਮੇਰਾ ਘਰ ਖੁੱਲਾ ਤੁਹਾਡੇ ਲਈ ਜਦੋਂ ਮਰਜ਼ੀ ਆਓ ਕੋਈ ਗੱਲ ਨਹੀਂ ਜ਼ਿੰਦਾਬਾਦ ਜਦੋਂ ਮੈਂ ਸੌਣਾ 12 ਵਜੇ ਤੱਕ ਹਾਂ ਠੀਕ ਹੈ 12 ਵਜੇ ਤੋਂ ਬਾਅਦ ਮੈਂ ਫ੍ਰੀ ਹੁੰਦਾ ਠੀਕ ਹੋ ਗਿਆ ਰਾਣਾ ਸਾਹਿਬ ਲਓ ਜੀ ਇਹ ਸੀ ਅੱਜ ਦੀ ਗਰਮੀ ਦੇ ਵਿੱਚ ਇਹ ਮਿੱਠੀਆਂ ਔਰ ਜ਼ਬਰਦਸਤ ਗੱਲਾਂ ਜਿਹੜੀਆਂ ਰਾਣਾ ਸਾਹਿਬ ਨੇ ਸਾਡੇ ਨਾਲ ਕੀਤੀਆਂ ਅਤੇ ਉਮੀਦ ਹੈ ਸਾਰੇ ਦੋਸਤਾਂ ਨੂੰ ਇਹਨਾਂ ਦੀ ਗੁਫ਼ਤਗੂ ਦਾ ਇੱਕ ਆਪਣਾ ਹੀ ਮਜ਼ਾ ਇਹਨਾਂ ਦਾ ਇੱਕ ਆਪਣਾ ਸਟਾਈਲ ਆ 357 ਬੰਦੇ ਸਾਡੇ ਨਾਲ ਲਾਈਵ ਆ ਜਿਹੜੇ ਜਿਹੜੇ ਦੋਸਤਾਂ ਨੇ ਇਹਨਾਂ ਨਾਲ ਮੁਲਾਕਾਤ ਜਾਂ ਕੋਈ ਵੀ ਦੋਸਤ ਕਿਸੇ ਵੀ ਕਿਸਮ ਦੀ ਕਬੂਤਰਬਾਜ਼ੀ ਦੇ ਹਵਾਲੇ ਨਾਲ ਰਾਣਾ ਸਾਹਿਬ ਦੀ ਖਿਦਮਤ ਲੈਣਾ ਚਾਹੁੰਦੇ ਨੇ ਔਰ ਮੁਲਾਕਾਤ ਕਰਨਾ ਚਾਹੁੰਦੇ ਨੇ ਤੇ ਮੈਂ ਇਨਸ਼ਾਅੱਲਾ ਤਾਲਾ ਮੇਰੇ ਨਾਲ ਰਾਬਤਾ ਕਰ ਲੈ ਮੇਰਾ ਨੰਬਰ ਹੈ 03-216704008 ਤੇ ਰਾਬਤਾ ਕਰੋ ਤੇ ਆ ਜਾਓ ਅੱਲਾ ਖੈਰ ਕਰੇ ਮੈਂ ਇਨਸ਼ਾਅੱਲਾ ਸਾਰੇ ਦੋਸਤਾਂ ਨਾਲ ਮੁਲਾਕਾਤ ਵੀ ਕਰਾਵਾਂਗਾ ਔਰ ਹਰ ਤਰ੍ਹਾਂ ਦੀ ਜਿਹੜੀ ਹੈ ਨਾ ਉਹ ਤਾਮਨ ਵੀ ਸਾਰੇ ਦੋਸਤਾਂ ਨਾਲ ਕਰਾਂ ਆਪਣਾ ਖਿਆਲ ਰੱਖਿਓ ਬਹੁਤ ਬਹੁਤ ਸ਼ੁਕਰੀਆ ਟੇਕ ਕੇਅਰ ਜੀ ਅੱਲਾ ਹਾਫਿਜ਼ ਠੀਕ ਹੋ ਗਿਆ